ਆਮ ਆਦਮੀ ਪਾਰਟੀ ਮੁਰਦਾਬਾਦ। ਮੈਂ ਬਸੰਤ ਸਿੰਘ ਕੋਠਾ ਗੁਰੂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਜ਼ਿਲ੍ਹਾ ਮੀਤ ਪ੍ਰਧਾਨ ਬਠਿੰਡਾ। ਮਾਮਲਾ ਇਹ ਹੈ ਜੀ, ਪਿਛਲੇ ਦਿਨੀ ਜੋ ਮੌਸਮ ਦੀ ਕਰੋਪੀ ਦੇ ਕਾਰਨ ਹਾੜੀ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ ਕਣਕ ਹੈ ਜਿਹੜੀ ਇਹ ਸਾਡੀ ਮੇਨ ਫਸਲ ਹੈ, ਇਹਦਾ ਬਹੁਤ ਜ਼ਿਆਦਾ ਜਾਣੇ ਜਿੰਨਾ ਵੀ ਕਹਿ ਦਈਏ ਉਨਾ ਨੁਕਸਾਨ ਹੋਇਆ। ਠੀਕ ਹੈ, ਕੁਛ ਇਲਾਕਿਆਂ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਸ਼ਰਕ ਹੋ ਸਕਦਾ, ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਤਲਬ ਜਿਵੇਂ ਬਠਿੰਡੇ ਜ਼ਿਲ੍ਹੇ ਦਾ ਨਥਾਣਾ ਬਲਾਕ ਹੈ, ਭਗਤਾ ਬਲਾਕ ਹੈ, ਜਾਂ ਕੁਛ ਮਤਲਬ ਸੰਗਤ ਬਲਾਕ ਦੇ ਪਿੰਡ ਹੈ, ਬਠਿੰਡੇ ਏਰੀਏ ਦਾ ਵੀ ਕਾਫੀ ਹਿੱਸਾ ਜਿਹੜਾ ਮਤਲਬ ਪ੍ਰਭਾਵਿਤ ਹੋਇਆ। ਉਸ ਮੰਗ ਨੂੰ ਲੈ ਕੇ ਅਸੀਂ ਵੀ ਜਿਹੜਾ ਸਰਕਾਰ ਨੇ ਐਲਾਨ ਕਰਿਆ ਸਿਰਫ ਮਤਲਬ 15,000, ਜੇ 100% 75 ਤੋਂ ਲੈ ਕੇ 100% ਨੁਕਸਾਨ ਹੋਇਆ, ਜੇ 33 ਤੋਂ 75% ਤੱਕ ਨੁਕਸਾਨ ਹੋਇਆ ਉਹਦਾ ਸਿਰਫ ਮਤਲਬ 6750 ਰੁਪਏ ਦੇਣ ਦਾ ਐਲਾਨ ਕਰਿਆ। ਅਸੀਂ ਜਥੇਬੰਦੀ ਵੱਲੋਂ ਇਹ ਗੱਲ ਸਰਕਾਰ ਨੂੰ ਸੁਣਾਉਣੀ ਕਰਨੀ ਚਾਹੁੰਦੇ ਹਾਂ ਵੀ ਇਹ ਨੁਕਸਾਨ ਮਤਲਬ ਬਹੁਤ ਨਿਗੂਣ ਹੈ, ਜਿਹਦੇ ਨਾਲ ਕਿਸਾਨਾਂ ਦੀ ਕਿਸੇ ਵੀ ਕੀਮਤ ਤੇ ਭਰਪਾਈ ਨਹੀਂ ਹੁੰਦੀ, ਕਿਉਂਕਿ 15,000 ਰੁਪਏ ਦੀ ਤਾਂ ਘੱਟੋ ਘੱਟ ਤੂੜੀ ਹੁੰਦੀ ਹੈ ਇੱਕ ਏਕੜ 'ਚ। ਭਗਤੇ ਬਲਾਕ ਦੇ ਵਿੱਚ ਬਹੁਤ ਸਾਰੇ 4 ਪਿੰਡਾਂ ਦੀ ਹੱਦ ਲੱਗਦੀ ਹੈ, ਉੱਥੇ ਜਿਹੜਾ ਏਰੀਆ ਅਸੀਂ ਚੈੱਕ ਕਰਕੇ ਖੁਦ ਵੇਖ ਕੇ ਆਏ ਹਾਂ, ਸਾਡੇ ਹਿਸਾਬ ਦੇ ਨਾਲ ਇੱਕ ਏਕੜ 'ਚੋਂ 4 ਪਿੰਡਾਂ ਤੂੜੀ ਦੀਆਂ ਵੀ ਨਹੀਂ ਬਣਦੀਆਂ, ਇਹ ਹਾਲਤ ਬਣੀ ਹੋਈ ਹੈ। ਕਿਉਂਕਿ ਕਿਸਾਨਾਂ ਦੀ ਇਹ ਹਾੜੀ ਦੀ ਫਸਲ ਮੇਨ ਹੋਣ ਕਰਕੇ ਬਹੁਤ ਸਾਰੀਆਂ ਆਸਾਂ ਹੁੰਦੀਆਂ, ਉਹ ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਇਹਦੇ ਨਾਲ ਮਜ਼ਦੂਰਾਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਵੀ ਵਾਂਝਾ ਹੋਇਆ, ਕਿਉਂਕਿ ਹਰੇਕ ਮਜ਼ਦੂਰ ਪਰਿਵਾਰ ਨੂੰ ਜਾਂ ਕਿਸਾਨ ਪਰਿਵਾਰ ਨੂੰ ਆਸ ਹੁੰਦੀ ਆ ਵੀ ਐਤਕੀ ਫਸਲ ਆ ਜੂਗੀ, ਅਸੀਂ ਆਪਦਾ ਕੋਈ ਧੀ ਪੱਤ ਬਾਹਰੋਂ ਉਠਾ ਦਿਆਂਗੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਕੋਈ ਕੋਠੜਾ ਛੱਤ ਲਾਂਗੇ, ਹੁੰਦਾ ਹੀ ਆ ਹਰੇਕ ਨੂੰ ਚਾਹ ਜਾਂ ਕਿਸੇ ਬਿਮਾਰੀ ਕਮਾਰੀ ਦਾ ਇਲਾਜ ਕਰਾ ਲਾਂਗੇ, ਉਹ ਜਿਹੜੀਆਂ ਸਾਰੀਆਂ ਆਸਾਂ ਉਹ ਧਰੀਆਂ ਧਰਾਈਆਂ ਰਹਿ ਗਈਆਂ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਹੀ ਤਰੀਕੇ ਨਾਲ ਪਹਿਲਾਂ ਗਰਦੌਰੀ ਕੀਤੀ ਜਾਵੇ, ਗਰਦੌਰੀ ਕਰਨ ਦੇ ਵਿੱਚ ਡਿੱਚਣਾ ਨਾ ਖੜੀਆਂ ਕਰੀਆਂ ਜਾਣ। ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਰਿਪੋਰਟਾਂ ਮਿਲੀਆਂ ਵੀ ਸਰਕਾਰ ਨੇ ਕਿਹਾ ਵੀ ਪਹਿਲਾਂ ਕਿਸਾਨਾਂ ਨੂੰ ਵੀ ਤੁਸੀਂ ਜਮ੍ਹਾਂਬੰਦੀ ਲੈ ਕੇ ਆਓ, ਫਿਰ ਨਾਲ ਇਹ ਹਦਾਇਤਾਂ ਕੀਤੀਆਂ ਵੀ ਅਸੀਂ 5 ਏਕੜ ਤੋਂ ਵੱਧ ਮੁਆਵਜ਼ਾ ਨਹੀਂ ਦੇਣਾ, ਕਿਉਂਕਿ ਬਹੁਤ ਸਾਰੇ ਕਿਸਾਨ ਆ ਜਿਹੜੇ 20 ਤੋਂ ਲੈ ਕੇ 50 ਏਕੜ ਤੱਕ ਮਤਲਬ ਠੇਕੇ ਤੇ ਲੈ ਕੇ ਉਹ ਫਸਲਾਂ ਆਪਦਾ ਕਾਸ਼ਤ ਕਰਦੇ ਆ। ਨਾਲ ਇਹ ਸ਼ਰਤਾਂ ਲਾਈਆਂ ਹੋਈਆਂ ਵੀ ਜਮ੍ਹਾਂਬੰਦੀ ਦੇ ਆਧਾਰ ਤੇ ਅਸੀਂ ਮਤਲਬ ਪੈਸੇ ਦੇਵਾਂਗੇ, ਖਾਤਿਆਂ 'ਚ ਪਾਵਾਂਗੇ। ਇਹ ਬਿਲਕੁਲ ਸਰਕਾਰ ਦੀ ਜਿਹੜੀ ਮਤਲਬ ਵਿਉਂਤਬੰਦੀ ਹੈ ਗਲਤ ਹੈ। ਅਸੀਂ ਕਹਿੰਦੇ ਹਾਂ ਵੀ ਮੌਕੇ ਤੇ ਆਲੇ ਦੁਆਲੇ ਦੇ ਕਿਸਾਨਾਂ ਨੂੰ ਪੁੱਛ ਕੇ, ਜਿਹੜਾ ਬੰਦਾ ਜਿਹੜਾ ਵੀ ਕਿਸਾਨ ਕਾਸ਼ਤ ਕਰਦਾ ਮੌਕੇ ਤੇ, ਉਹਨੂੰ ਮੌਕੇ ਤੇ ਹੀ ਮਤਲਬ ਫਸਲ ਦੀ ਜਿਹੜੀ ਭਰਪਾਈ ਦਾ ਚੈੱਕ ਦਿੱਤਾ ਜਾਵੇ। ਨਾਲ ਇਹ ਵੀ 50,000 ਰੁਪਇਆ ਘੱਟੋ ਘੱਟ ਕਿਸਾਨ ਨੂੰ ਪ੍ਰਤੀ ਏਕੜ ਦਾ ਦਿੱਤਾ ਜਾਵੇ ਤੇ 20,000 ਰੁਪਇਆ ਮਜ਼ਦੂਰ ਪਰਿਵਾਰਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ। ਇਹ ਸਾਡੀ ਮੰਗ ਹੈ, ਇਹਨੂੰ ਲੈ ਕੇ ਅਸੀਂ ਮਤਲਬ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅੱਜ ਬਕਾਇਦਾ ਪਹਿਲਾਂ ਵੀ ਮੰਗ ਪੱਤਰ ਦਿੱਤੇ, ਅੱਜ ਵੀ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨ ਰਾਹੀਂ ਮੰਗ ਪੱਤਰ ਦੇਣੇ ਆ।